ਬਾਦਲ ਸਾਹਿਬ ਕਾਂਗਰਸ ਵੱਲੋਂ ਹਰਿਆਣੇ ਦੇ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜੀ। ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਚੋਣ ਮੈਦਾਨ ਦੇ ਵਿੱਚ ਨੇ, 9 ਸੀਟਾਂ ਕਾਂਗਰਸ ਲੜ ਰਹੀ। ਕਈ ਥਾਵਾਂ ਦੇ ਉੱਤੇ ਸਹਿਮਤੀ ਬਣ ਗਈ, ਕਈਆਂ ਤੇ ਨਹੀਂ ਬਣੀ। ਪਤਾ ਲੱਗਿਆ ਕਿ 25 ਅਪ੍ਰੈਲ ਤੱਕ ਹਾਲ ਦੀ ਘੜੀ ਇਹ ਗੱਲ ਟਲ ਗਈ। ਪਾਲ ਸਿੰਘ ਖਹਿਰਾ ਨੂੰ ਜਿੱਥੇ ਕਾਂਗਰਸ ਵੱਲੋਂ ਸੰਗਰੂਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ, ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ 'ਤੇ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਕਾਫੀ ਖੁਲਾਸੇ ਕੀਤੇ ਨੇ। ਮੀਤ ਹੇਅਰ ਸਾਹਿਬ ਤਾਂ ਸਿੱਧੂ ਮੂਸੇਵਾਲੇ ਦੇ ਜਿਹੜੇ ਕਥਿਤ ਕਾਤਲ ਨੇ ਉਹਨਾਂ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ ਸੀ। ਹੰਸ ਰਾਏ ਹੰਸ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਵੀ ਉਹਨਾਂ ਵੱਲੋਂ ਕਿਸਾਨਾਂ ਘੇਰ ਲਿਆ ਗਿਆ ਤੇ ਉਹ ਮਿੰਤਾ ਤਰਲੇ ਕਰਦੇ ਦਿਖਾਈ ਦਿੱਤੇ। ਅੱਜ ਕਿਸਾਨ ਯੂਨੀਅਨ ਡੱਲੇਵਾਲ ਸਾਹਿਬ ਦਾ ਗਰੁੱਪ ਹੈ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਸੱਦਾ ਦਿੱਤਾ ਕਿ ਕਿਸਾਨ ਭਵਨ 'ਚ ਆਓ, ਆਪਾਂ ਬਹਿ ਕੇ ਉੱਥੇ ਗੱਲਾਂ ਬਾਤਾਂ ਕਰਦੇ ਹਾਂ। ਪੱਲੇਦਾਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ। ਉਹਨਾਂ ਨੇ ਜਿਹੜੀਆਂ ਖੁਰਾਕ ਏਜੰਸੀਆਂ ਨੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਨੇ, ਪਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਉਹਨਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰਤੀ ਹੈ, ਇਹਦਾ ਮੰਡੀਆਂ ਦੇ ਵਿੱਚ ਖਰੀਦ 'ਤੇ ਅਸਰ ਪਵੇਗਾ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਅਤੇ ਕੁਝ ਕਾਇਮ ਖਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਅਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਪਹਿਲਾਂ ਸਵਾਗਤ ਕਰ ਰਹੇ ਢਿੱਲੋਂ ਸਾਹਿਬ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਜੀ ਢਿੱਲੋਂ ਸਾਹਿਬ, ਕਾਂਗਰਸ ਵੱਲੋਂ ਹਰਿਆਣੇ ਦੇ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜੀ। ਦੇਖੋ, ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਰਲ ਕੇ ਚੋਣ ਲੜ ਰਹੇ ਨੇ। ਇੱਕ ਟਿਕਟ ਕੁਰਸ਼ੇਤਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਚੋਣ ਮੈਦਾਨ ਦੇ ਵਿੱਚ ਨੇ, 9 ਸੀਟਾਂ ਕਾਂਗਰਸ ਲੜ ਰਹੀ ਹੈ। ਕਾਂਗਰਸ ਪਾਰਟੀ ਨੇ ਹਰਿਆਣੇ ਦੇ ਸਾਰੇ 9 ਉਮੀਦਵਾਰਾਂ ਦਾ ਐਲਾਨ ਕਰਤਾ, ਜਦੋਂ ਕਿ ਪੰਜਾਬ ਦੇ ਵਿੱਚ 6 ਦਾ ਹੋਇਆ ਸੀ। ਹਾਲੇ 7 ਰਹਿੰਦੀਆਂ ਨੇ। ਕਈ ਥਾਵਾਂ ਦੇ ਉੱਤੇ ਸਹਿਮਤੀ ਬਣ ਗਈ, ਕਈਆਂ 'ਤੇ ਨਹੀਂ ਬਣੀ। ਪਤਾ ਲੱਗਿਆ ਕਿ 25 ਅਪ੍ਰੈਲ ਤੱਕ ਹਾਲ ਦੀ ਘੜੀ ਇਹ ਗੱਲ ਟਲ ਗਈ। ਜਿਹੜਾ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਉਹਦੇ ਮੁਤਾਬਕ ਅੰਬਾਲਾ ਤੋਂ ਵਰਨ ਮੁਲਾਣਾ, ਸਿਰਸਾ ਤੋਂ ਕੁਮਾਰੀ ਸ਼ੈਲਜਾ ਅਤੇ ਹਿਸਾਰ ਤੋਂ ਚੌਧਰੀ ਬਰਿੰਦਰ ਸਿੰਘ, ਕਰਨਾਲ ਤੋਂ ਬਰਿੰਦਰ ਮਰਾਠਾ, ਸੋਨੀਪਤ ਸਤਪਾਲ ਬ੍ਰਹਮਾਚਾਰੀ, ਰੋਹਤਕ ਤੋਂ ਮੈਡਮ ਆਸ਼ਾ ਹੁੱਡਾ, ਭੁਪਿੰਦਰ ਸਿੰਘ ਹੁੱਡਾ ਦੀ ਨੂੰਹ ਅਤੇ ਦੀਪਿੰਦਰ ਹੁੱਡਾ ਦੀ ਧਰਮ ਪਤਨੀ ਦੱਸੇ ਜਾਂਦੇ ਨੇ। ਭਵਾਨੀ, ਮਹਿੰਦਰਗੜ੍ਹ, ਰਾਓ ਧਨ ਸਿੰਘ, ਫਰੀਦਾਬਾਦ,
ਮਹਿੰਦਰ ਪ੍ਰਤਾਪ ਸਿੰਘ ਅਤੇ ਰਹਿ ਗਈ ਗੁੜਗਾਓਂ ਜਿਹਦੇ ਬਾਰੇ ਪਹਿਲੇ ਚਰਚਾ ਸੀ, ਫਿਲਮੀ ਅਦਾਕਾਰ ਰਾਜ ਬੱਬਰ ਨੂੰ ਗੜਗਾਓਂ ਦੇ ਵਿੱਚ ਲਿਆਂਦਾ ਗਿਆ ਇਸ ਪਾਰਟੀ ਵੱਲੋਂ। ਸੋ 9 ਦੀਆਂ 9 ਟਿਕਟਾਂ ਕਾਂਗਰਸ ਪਾਰਟੀ ਨੇ ਹਰਿਆਣੇ ਦੇ ਵਿੱਚ ਐਲਾਨ ਕਰਤਾ। ਪੰਜਾਬ ਦੀਆਂ ਬਾਕੀ ਜਿਹੜੀਆਂ ਟਿਕਟਾਂ ਨੇ ਉਹਦਾ ਇੰਤਜ਼ਾਰ ਹੈ। ਇਹ ਕਦੋਂ ਤੱਕ ਇਹਨਾਂ ਦਾ ਐਲਾਨ ਕਰਨਗੇ, ਸਮਾਂ ਦੱਸੇਗਾ ਜੀ। ਸੋ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੂੰ ਜਿੱਥੇ ਕਾਂਗਰਸ ਵੱਲੋਂ ਸੰਗਰੂਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ, ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ 'ਤੇ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਕਾਫੀ ਖੁਲਾਸੇ ਕੀਤੇ ਨੇ ਢਿੱਲ ਸਾਹਿਬ। ਦੇਖੋ, ਜਦੋਂ ਤੱਕ ਚੋਣਾਂ ਖਤਮ ਨਹੀਂ ਹੁੰਦੀਆਂ, ਵੋਟਾਂ ਨਹੀਂ ਪੈਂਦੀਆਂ 1 ਜੂਨ ਨੂੰ, ਉਦੋਂ ਤੱਕ ਇਹ ਲੀਡਰਾਂ ਦੀ ਇੱਕ ਦੂਜੇ ਦੇ ਉੱਤੇ ਤੰਜਬਾਜ਼ੀ, ਇੱਕ ਦੂਜੇ ਪ੍ਰਤੀ ਦੋਸ਼ ਪ੍ਰਤੀਦੋਸ਼ ਇਹ ਇਸੇ ਤਰ੍ਹਾਂ ਲੱਗਦੇ ਰਹਿਣਗੇ। ਇਹਨਾਂ ਨੇ ਜਿਹੜੇ ਮੰਤਰੀ ਨੇ ਅਤੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲਾਤਾ, ਬੜਾ ਸੰਗੀਨ ਇਲਜ਼ਾਮ ਹੈ। ਉਹ ਕਹਿੰਦੇ ਕਿ ਮੀਤ ਹੇਅਰ ਸਾਹਿਬ ਤਾਂ ਸਿੱਧੂ ਮੂਸੇਵਾਲੇ ਦੇ ਜਿਹੜੇ ਕਥਿਤ ਕਾਤਲ ਨੇ ਉਹਨਾਂ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਸੀ, ਅੱਜ ਉਹ ਸੁਨਾਮ ਪਹੁੰਚੇ ਸੀ ਅਤੇ ਵਰਕਰ ਮਿਲਣੀ ਨੂੰ ਸੰਬੋਧਨ ਕਰ ਰਹੇ ਸੀ। ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਨਸ਼ਾਖੋਰੀ VIP ਸੱਭਿਆਚਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ, ਸੱਚਾਈ ਇਹ ਹੈ ਕਿ ਸ਼ਰਾਬ ਮਾਫੀਆ ਅਤੇ ਹੋਰ ਕਿਸਮ ਦਾ ਨਸ਼ਾ ਮਾਫੀਆ ਇਹ ਸਾਰੇ ਪਾਸੇ ਫੈਲਿਆ ਵਾ। ਭਗਵੰਤ ਮਾਨ ਬਦਲਾ ਨੀਤੀ ਤਹਿਤ ਕੰਮ ਕਰਦੇ ਹੋਏ ਸੈਂਕੜੇ ਕਾਂਗਰਸੀਆਂ ਨੂੰ ਝੂਠੇ ਕੇਸਾਂ 'ਚ ਫਸਾ ਰਹੇ ਨੇ, ਕਈ ਜੇਲ੍ਹ ਭੇਜਤੇ ਵਿੱਚੋਂ ਆਪਣਾ ਜ਼ਿਕਰ ਵੀ ਕਰਦੇ ਹੈ। ਅਤੇ ਹੁਣ ਉਹ ਕਹਿੰਦੇ ਸਮਾਂ ਆ ਗਿਆ, ਇਹਨਾਂ ਨੂੰ ਹੁਣ ਜਵਾਬ ਦੇਣਾ ਹੈ। ਅਤੇ ਸੰਗਰੂਰ ਦੇ ਇਨਕਲਾਬੀ ਲੋਕ ਵਾਕਈ ਇਹਨਾਂ ਨੂੰ ਜਵਾਬ ਦੇ ਦੇਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਦੇ ਮਾਮਲੇ 'ਤੇ ਸੁਖਪਾਲ ਖਹਿਰਾ ਸਾਹਿਬ ਨੇ ਕਿਹਾ ਕਿ ਬਾਦਲਾਂ 'ਤੇ ਹੁਣ ਕੋਈ ਭਰੋਸਾ ਨਹੀਂ ਕਰਦਾ। ਸੁਖਵੀਰ ਸਿੰਘ ਬਾਦਲ ਭਰੋਸੇ ਦੇ ਲਾਇਕ ਨਹੀਂ, ਉਹਨੇ ਢੀਂਡਸਾ ਪਰਿਵਾਰ ਨਾਲ ਵਾਅਦਾ ਕੀਤਾ ਅਤੇ ਮੁੱਕਰ ਗਏ। ਇਸ ਕਰਕੇ ਇਸ ਪਰਿਵਾਰ 'ਤੇ ਕਿਸੇ ਵੀ ਕਿਸਮ ਦਾ ਭਰੋਸਾ ਕਰਨਾ ਬਹੁਤ ਮੰਦਭਾਗਾ, ਨਹੀਂ ਕੀਤਾ ਜਾ ਸਕਦਾ ਜੀ। ਸੋ ਦੂਜੇ ਪਾਸੇ ਪਟਿਆਲੇ ਤੋਂ ਕਾਂਗਰਸ ਦੇ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਦੇ ਖਿਲਾਫ ਕਿਹਾ ਗਿਆ ਕਿ ਇਹਨਾਂ ਨੇ ਲੋਕ ਸਭਾ ਦੇ ਵਿੱਚ ਡੇਰਾ ਦੀ ਝੂਠੀ ਸ਼ਿਕਾਇਤ ਕੀਤੀ ਸੀ ਜੀ। ਗੱਲ ਕਰਦੇ ਨੇ, ਪਹਿਲਾਂ ਕਿਹਾ ਜਦ ਤੱਕ ਚੋਣਾਂ ਚੱਲਣਗੀਆਂ ਇਲਜ਼ਾਮਬਾਜ਼ੀਆਂ ਦਾ ਦੌਰ ਇਸੇ ਤਰ੍ਹਾਂ ਲੱਗਦਾ ਰਹਿਣਾ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੱਲਾਂ ਬਾਤਾਂ ਕਰਦੇ ਆ, ਕਦੇ ਮੰਗਲ ਸੂਤਰ ਕਹਿ ਦਿੰਦੇ ਆ। ਉਹਨਾਂ ਨੇ
ਇਸੇ ਤਰ੍ਹਾਂ ਦਲਿਤ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਵੱਲੋਂ ਮੈਂਬਰ ਪਾਰਲੀਮੈਂਟ ਬਣੇ 2014 ਦੇ ਵਿੱਚ, ਛੇਤੀ ਉਹ ਪਾਰਟੀ ਛੱਡ ਕੇ ਅਤੇ ਅੱਜ ਕੱਲ੍ਹ ਕਾਂਗਰਸ ਦੇ ਉਮੀਦਵਾਰ ਨੇ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਫੈਨ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਹ 'ਚ ਕਿਹਾ ਕਿ ਡਾਕਟਰ ਗਾਂਧੀ ਤਾਂ ਇੱਕ ਧਰਮ ਵਿਰੋਧੀ ਚਿਹਰਾ, ਇਹਨਾਂ ਨੇ 21 ਦਸੰਬਰ 2017 ਨੂੰ ਗ੍ਰਹਿ ਮਹਿਕਮੇ ਨੂੰ ਇੱਕ ਚਿੱਠੀ ਲਿਖੀ ਸੀ ਕਿ ਬਿਆਸ ਅਤੇ ਇੱਕ ਪ੍ਰਮੁੱਖ ਧਾਰਮਿਕ ਡੇਰੇ ਵੱਲੋਂ ਡੇਰੇ ਦੇ ਨਾਲ ਲੱਗਦੇ ਦਰਜਨਾਂ ਕਿਸਾਨਾਂ, ਦਲਿਤ ਗਰੀਬ ਮਜ਼ਦੂਰਾਂ ਦੀਆਂ ਜ਼ਮੀਨਾਂ ਅਤੇ ਘਰਾਂ ਨੂੰ ਨਜਾਇਜ਼ ਤਰੀਕਿਆਂ ਨਾਲ ਕਥਿਤ ਰੂਪ ਵਿੱਚ ਹੜੱਪਣ ਦਾ ਦੋਸ਼ ਸੀ। ਗ੍ਰਹਿ ਮੰਤਰਾਲੇ ਨੇ 5 ਜਨਵਰੀ 2018 ਨੂੰ ਕਹਿੰਦੇ ਆ ਕਿ ਕਾਰਵਾਈ ਦਾ ਭਰੋਸਾ ਦਿੱਤਾ ਸੀ। ਇਹਦੇ ਵਿੱਚ ਜਿਹੜੇ ਵੀ ਚੈਨਲ 'ਤੇ ਸਾਰਾ ਕੁਝ ਚੱਲ ਰਿਹਾ ਉੱਥੇ ਡਾਕਟਰ ਗਾਂਧੀ ਦਾ ਵਰਜਨ ਨਹੀਂ ਕਿਤੇ ਵੀ ਹੈਗਾ। ਇਹ ਤਾਂ ਉਹ ਜਾਣਨ, ਪਰ ਇਸ ਗੱਲ ਦੀ ਪੁਸ਼ਟੀ ਅਸੀਂ ਵੀ ਨਹੀਂ ਕਰਦੇ। ਔਰ ਇਸ ਮਾਮਲੇ ਦੇ ਵਿੱਚ ਡਾਕਟਰ ਗਾਂਧੀ ਵੱਧ ਸਪਸ਼ਟ ਕਰ ਸਕਦੇ ਹੈ, ਪਰ ਡਾਕਟਰ ਗਾਂਧੀ ਗਰੀਬਾਂ ਨਾਲ ਖੜ੍ਹਨ ਵਾਲੇ ਹੈ। ਜੇ ਕੋਈ ਘਟਨਾਕ੍ਰਮ ਵਾਪਰਿਆ ਹੋਵੇਗਾ ਤਾਂ ਜ਼ਰੂਰ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸ਼ਿਕਾਇਤ ਹੋਵੇਗੀ। ਜੇ ਸ਼ਿਕਾਇਤ ਹੋਈ ਉਹਦੀ ਪੜਤਾਲ ਵੀ ਹੋਈ ਹੋਵੇਗੀ। ਸੋ ਇਲਜ਼ਾਮਬਾਜ਼ੀ ਹੈ, ਉਹਨਾਂ ਨੇ ਆਪਣੇ ਪੋਸਟ ਦੇ ਉੱਤੇ ਇਹ ਇਲਜ਼ਾਮਬਾਜ਼ੀ ਲਾਈ ਹੈ ਜੀ। ਸੋ ਦੂਜੇ ਪਾਸੇ ਹੰਸ ਰਾਏ ਹੰਸ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਵੀ ਉਹਨਾਂ ਵੱਲੋਂ ਕਿਸਾਨਾਂ ਘੇਰ ਲਿਆ ਗਿਆ ਅਤੇ ਉਹ ਮਿੰਤਾ ਤਰਲੇ ਕਰਦੇ ਦਿਖਾਈ ਦਿੱਤੇ ਸਾਹਿਬ। ਸੋ ਹੰਸ ਰਾਜ ਹੰਸ ਮੁਕਤਸਰ ਜ਼ਿਲ੍ਹੇ ਦੇ ਪਿੰਡ ਬੁੱਟਰ ਸਰੀ ਹੈ। ਇਹ ਫਰੀਦਕੋਟ ਲੋਕ ਸਭਾ ਦੇ ਪਿੰਡ ਨੇ। ਹੰਸ ਰਾਜ ਹੰਸ ਕਿਉਂਕਿ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਤਾਂ ਜਾਂਦੇ ਆ, ਇੱਕ ਪਾਸੇ ਕਿਸਾਨ ਘੇਰਦੇ ਪਏ ਨੇ, ਉੱਥੇ ਵੀ ਉਹਨਾਂ ਨੂੰ ਘੇਰ ਲਿਆ। ਉਹਨਾਂ ਨੇ ਜਦੋਂ ਉੱਥੇ ਕਹੇ, ਉਹ ਕਹਿੰਦੇ ਕਿ ਮੈਂ ਆਪਦੇ ਉਮੀਦਵਾਰ ਕਰਮਜੀਤ ਅਨਮੋਲ ਨਾਲ ਚਾਹ ਦਾ ਕੰਪ ਸਾਂਝਾ ਕਰਨਾ ਅਤੇ ਗੱਲਾਂ ਕਰਨੀਆਂ ਨੇ, ਮੈਂ ਕਿਸਾਨਾਂ 'ਤੇ ਯਕੀਨ ਕਰ ਕਹਿਣਾ ਚਾਹੁੰਦਾ ਕਿ ਮੈਨੂੰ ਉਹ ਚੁਣੋ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਬਾਤਾਂ ਅੱਗੇ ਪਹੁੰਚਾਵਾਂਗਾ ਔਰ ਪੂਰੀਆਂ ਕਰਕੇ ਲੈ ਕੇ ਆਵਾਂਗਾ। ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ, ਹੰਸ ਰਾਜ ਹੰਸ ਭਾਜਪਾ ਵੱਲੋਂ ਹੈ। ਭਾਜਪਾ ਵਾਲਿਆਂ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਅਤੇ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ। ਕੱਲ੍ਹ ਅੱਜ ਕਿਸਾਨ ਯੂਨੀਅਨ ਡੱਲੇਵਾਲ ਸਾਹਿਬ ਦਾ ਗਰੁੱਪ ਹੈ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਸੱਦਾ ਦਿੱਤਾ ਕਿ ਕਿਸਾਨ ਭਵਨ 'ਚ ਆਓ, ਆਪਾਂ ਬਹਿ ਕੇ ਉੱਥੇ ਗੱਲਾਂ ਬਾਤਾਂ ਕਰਨੀਆਂ ਨੇ ਜੀ। ਸੋ ਨਾਲ ਹੀ ਖਬਰ ਲੈ ਰਹੇ ਜੀ, ਬਰਨਾਲਾ ਦੇ ਵਿੱਚ ਅਰਵਿੰਦ ਖੰਨਾ ਦਾ ਵੀ ਵਿਰੋਧ ਕੀਤਾ ਗਿਆ ਜੀ।
ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗਰੁੱਪ ਵੱਲੋਂ ਕੀਤਾ ਗਿਆ। ਉੱਥੇ ਉਹ ਗਏ, ਉਹਨਾਂ ਨੇ ਅਰਵਿੰਦ ਖੰਨਾ ਸਾਹਿਬ ਨੂੰ ਘੇਰ ਲਿਆ ਅਤੇ ਕਹਿਣ ਲੱਗੇ ਕਿ ਭਾਈ ਸਾਹਿਬ ਇੱਧਰ ਆਓ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਉਹ ਕਹਿੰਦੇ ਕਿ ਵਿਰੋਧ ਕਰਨ ਵਾਲੇ ਅਰਵਿੰਦ ਖੰਨਾ ਕਹਿੰਦੇ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਅਤੇ ਸਰਕਾਰ ਦੀ ਸ਼ਹਿ ਦੇ ਉੱਤੇ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ। ਉਹ ਲਗਾਤਾਰ ਅਸੀਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਿਰੰਤਰ ਘੇਰਦੇ ਨੇ। ਅਜੇ ਤੱਕ ਕੋਈ ਵੱਡਾ ਆਗੂ ਆ ਕੇ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ। ਹਾਂਜੀ, ਸੋ ਪ੍ਰਗਟ ਸਿੰਘ ਉਹਨਾਂ ਨੇ ਜਲੰਧਰ ਤੋਂ ਸੰਤੋਖ ਸਿੰਘ ਪਰਿਵਾਰ ਦੇ ਉੱਤੇ ਕਾਫ਼ੀ ਨਿਸ਼ਾਨੇ ਸਾਧਦੇ ਨੇ ਜੀ। ਦੇਖੋ ਜਿਹੜਾ ਸਰਦਾਰ ਪ੍ਰਗਟ ਸਿੰਘ ਹੈ ਉਹਨਾਂ ਦੇ ਇਸ ਤਰ੍ਹਾਂ ਦੇ ਨਿਸ਼ਾਨੇ ਚੌਧਰੀ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਰਿਹਾ। ਇਹਨਾਂ ਚੋਣਾਂ ਦੇ ਵਿੱਚ ਦਲ ਬਦਲੀਆਂ ਦਾ ਬਹੁਤ ਵੱਡਾ ਪ੍ਰਭਾਵ ਪਿਆ। ਪਤਾ ਹੀ ਨਹੀਂ ਲੱਗਦਾ ਕਿ ਸਵੇਰੇ ਬੰਦਾ ਖੇਤਾਂ ਵੱਲ ਨੂੰ ਗਿਆ ਸੀ, ਵਾਪਸੀ ਉਸੇ ਪਾਰਟੀ 'ਚੋਂ ਰਹੇਗਾ ਜਾਂ ਕੋਈ ਹੋਰ ਹੈ। ਲਗਾਤਾਰ ਕੋਈ ਕਿਧਰੇ, ਕੋਈ ਕਿਧਰੇ, ਕੋਈ ਕਿਧਰੇ। ਚੌਧਰੀ ਪਰਿਵਾਰ ਬੀਬੀ ਕਰਮਜੀਤ ਕੌਰ ਚੌਧਰੀ ਨੂੰ 22 ਦੀਆਂ ਵਿਧਾਨ ਸਭਾ ਮਾਫ ਕਰਨਾ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਜਿਹੜੀ 23 'ਚ ਹੋਈ ਹੈ, 22 'ਚ ਤਾਂ ਵਿਧਾਨ ਸਭਾ ਹੋਈਆਂ ਸੀ, ਜਨਵਰੀ 23 ਦੇ ਵਿੱਚ ਚੌਧਰੀ ਸਾਹਿਬ ਦੀ ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਮੌਤ ਹੋ ਗਈ ਸੀ। ਉਦੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹ 'ਚ ਇਹਨਾਂ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਸੀ। ਸੋ ਹੁਣ ਉੱਥੋਂ ਚਰਨਜੀਤ ਸਿੰਘ ਚੰਨੀ ਚਲਿਆ ਗਿਆ। ਚਰਨਜੀਤ ਸਿੰਘ ਚੰਨੀ ਦੇ ਭਰਾ ਦਾ ਕੁੜਮਾ ਮਹਿੰਦਰ ਸਿੰਘ KP, ਉਹ ਵੀ ਚੱਲਿਆ ਅਕਾਲੀ ਦਲ ਵੱਲ ਕਹਿੰਦੇ। ਤਾਂ ਬੀਬੀ ਕਰਮਜੀਤ ਕੌਰ ਨੇ ਕਈ ਇਲਜ਼ਾਮ ਲਾਤੇ ਵੀ ਸਾਨੂੰ ਨਹੀਂ ਟਿਕਟ ਦਿੱਤੀ, ਇਹ ਤਾਂ ਇਹਨਾਂ ਲੀਡਰਾਂ ਦਾ ਜੱਦੀ ਪੁਸ਼ਤੀ ਹੱਕ ਬਣ ਗਿਆ, ਇਹਨਾਂ ਨੂੰ ਟਿਕਟ ਦੇ ਦਿਓ ਤਾਂ ਤੁਹਾਡੀ ਪਾਰਟੀ 'ਚ ਨੇ ਅਤੇ ਨਹੀਂ ਦਲ ਬਦਲੀ ਹੈ, ਇਹਦਾ ਕੋਈ ਕਾਨੂੰਨ ਬਣਨਾ ਚਾਹੀਦਾ। ਪ੍ਰਗਟ ਸਿੰਘ ਕਹਿੰਦਾ ਕਿ ਜਿੰਨਾ ਮਾਣ ਸਨਮਾਨ ਤੁਹਾਨੂੰ ਦਿੱਤਾ, ਬੇਅੰਤ ਸਿੰਘ ਦੇ ਪਰਿਵਾਰ ਨੂੰ ਦਿੱਤਾ, ਇਦੋਂ ਵੱਧ ਕੀ ਹੈ ਜੀ। ਚੌਧਰੀ ਸਾਹਿਬ ਮੈਂਬਰ ਪਾਰਲੀਮੈਂਟ ਅਤੇ ਚੌਧਰੀ ਸਾਹਿਬ ਦਾ ਪੁੱਤਰ ਫਲੌਰ ਤੋਂ MLA, ਇਹਦਾ ਮਤਲਬ ਦੂਜਾ ਤਾਂ ਕੋਈ ਆ ਵੀ ਨਾ। ਤੁਸੀਂ ਪ੍ਰਗਟ ਸਿੰਘ ਇੱਕ ਠੰਬੇ ਵਾਲੇ ਆਗੂ ਨੇ, ਉਹਨੇ ਹੁਣ ਵੀ ਕਿਹਾ ਜਿੱਥੋਂ ਕੋਈ ਨਹੀਂ ਖੜਾ ਹੋਣਾ ਚਾਹੁੰਦਾ ਮੈਨੂੰ ਦੇ ਦਿਓ, ਮੈਂ ਲੜ ਲੈਣਾ। ਸੋ ਇਹ ਆਗੂ ਜੇ ਤਾਂ ਸਾਡੀਆਂ ਟਿਕਟਾਂ ਨੇ ਤਾਂ ਅਸੀਂ ਪਾਰਟੀ ਨਾਲ ਹੈ, ਨਹੀਂ ਚੱਕੋ ਆਪਦੀ ਪਾਰਟੀ, ਅਸੀਂ ਚੱਲੇ ਹਾਂ। ਇਹ ਬਾਹਲਾ ਚਿਰ ਚੱਲਦਾ ਨਹੀਂ ਹੁੰਦਾ, ਸਾਰੀਆਂ ਪਾਰਟੀਆਂ ਨੂੰ ਦਲ ਬਦਲੀ ਬਾਰੇ ਕੋਈ ਜਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਕੋਈ ਨਿਯਮ ਬਣਾ ਦੇਣਾ ਚਾਹੀਦਾ ਕਿ ਜਿਹੜਾ ਇੱਕ ਵਾਰੀ ਦਲ ਬਦਲ ਜੇ ਉਹਨੂੰ ਦੁਬਾਰਾ ਫਿਰ ਵਾਪਸ ਨਹੀਂ ਲਿਆ ਜਾਣਾ ਚਾਹੀਦਾ ਜੀ।
ਸੋ ਦੂਜੇ ਪਾਸੇ ਪੱਲੇਦਾਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ ਜੀ। ਅਸਲ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਠੇਕੇਦਾਰੀ ਸਿਸਟਮ ਹੈ, ਇਹਨਾਂ ਨੇ ਉਹ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ। ਠੇਕੇਦਾਰੀ ਸਿਸਟਮ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੀ ਗੱਲ ਨਹੀਂ ਮੰਨਦੇ। ਮੰਡੀਆਂ ਦੇ ਵਿੱਚ ਇਹ ਕਹਿੰਦੇ ਆ ਵੀ ਸਿੱਧਾ ਸਿਸਟਮ ਹੋਵੇ, ਜਿਹਦੇ ਕਰਕੇ ਉਹ ਵਾਰ ਵਾਰ ਕਹਿੰਦੇ ਨੇ, ਉਹ ਕਹਿੰਦੇ ਅਸੀਂ FCI ਦੇ ਡਾਇਰੈਕਟਰ ਨਾਲ ਵੀ ਗੱਲ ਕਰ ਲਈ, ਸੈਕਟਰੀ ਨਾਲ ਵੀ ਗੱਲ ਹੋ ਗਈ, ਹੋਰ ਉੱਚ ਅਧਿਕਾਰੀਆਂ ਨਾਲ ਵੀ ਗੱਲ ਹੋ ਗਈ, ਪਰ ਇਹ ਮਸਲੇ ਦਾ ਹੱਲ ਨਹੀਂ ਹੋ ਰਿਹਾ। ਲਗਾਤਾਰ ਇਹ ਮਸਲਾ ਭਖ ਰਿਹਾ। ਉਹਨਾਂ ਦੇ ਚੇਅਰਮੈਨ ਨੇ ਮੋਹਨ ਸਿੰਘ ਪਜੋਲੀ, ਇਸੇ ਤਰ੍ਹਾਂ ਸੁੱਚਾ ਸਿੰਘ ਅਤੇ ਹੋਰ ਉਹਨਾਂ ਨੇ ਜਿਹੜੀਆਂ ਖੁਰਾਕ ਏਜੰਸੀਆਂ ਨੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਨੇ, ਪਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਜੇ ਸਦਕਾ ਉਹਨਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰਤੀ ਹੈ, ਇਹਦਾ ਮੰਡੀਆਂ ਦੇ ਵਿੱਚ ਖਰੀਦ 'ਤੇ ਅਸਰ ਪਵੇਗਾ ਜੀ। ਸੋ ਦੂਜੇ ਪਾਸੇ ਪਹਿਲੇ ਗੇੜ ਦੀਆਂ ਚੋਣਾਂ ਹੋਈਆਂ ਸੀਗੀਆਂ, ਜਿਹਦੇ ਚੱਲਦੇ ਵੋਟਿੰਗ ਉਹ ਘੱਟ ਹੋਈ ਹੈ, ਜਿਹਦੇ ਚੱਲਦੇ ਹੁਣ ਚੋਣ ਕਮਿਸ਼ਨ ਵੀ ਥੋੜ੍ਹਾ ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਜੀ। ਭਾਰਤ ਦੇ ਚੋਣ ਕਮਿਸ਼ਨ ਨੇ ਇਸ ਵਾਰ ਟੀਚਾ ਰੱਖਿਆ ਸੀ ਕਿ 70% ਵੋਟਾਂ ਪੈਣ। ਉਹਨਾਂ ਨੇ ਕਾਫੀ ਪ੍ਰਚਾਰ ਸਮੱਗਰੀ ਵੱਖ ਵੱਖ ਮਾਧਿਅਮਾਂ ਰਾਹੀਂ ਕੀਤੀ, ਪਰ 62% ਪਿਛਲੀਆਂ ਲੋਕ ਸਭਾ ਨਾ ਇਹ ਜਿਹੜਾ ਪਹਿਲਾ ਗੇੜ ਹੋਇਆ ਉਹਦੇ ਵਿੱਚ 62.37% ਵੋਟਾਂ ਪਈਆਂ ਨੇ ਔਸਤਨ। 19 ਦੇ ਵਿੱਚ ਇਹੀ ਅੰਕੜਾ 67.40 ਸੀ, ਇਹ ਘੱਟ ਕਿਉਂ ਗਿਆ? ਇੱਕ ਤਾਂ ਮੇਰਾ ਕਿਹਾ ਲੋਕਾਂ ਨੂੰ ਲੀਡਰਾਂ ਦੀਆਂ ਪਰਫੋਰਮੈਂਸਾਂ ਜਿਹੜੀਆਂ ਇਹਨਾਂ ਦੀਆਂ ਦਲ ਬਦਲੀਆਂ ਛੜੱਪੇ ਮਾਰਨੇ ਇਹ ਪਸੰਦ ਨਹੀਂ ਆਏ। ਲਗਾਤਾਰ ਲੀਡਰ ਬਦਲ ਰਹੇ ਨੇ, ਲੋਕ ਸਮੱਸਿਆਵਾਂ ਜਿਉਂ ਦੀ ਤਿਉਂ ਨੇ, ਘਰ ਦੀਆਂ ਤਜੌਰੀਆਂ ਵੱਧ ਰਹੀਆਂ ਨੇ। ਸੋ ਇਹ ਸਟੇਜ ਦੇ ਉੱਤੇ ਲਗਾਤਾਰ ਇਹ ਘਟਨਾ ਹੁਣ ਦੇਖਦੇ ਹਾਂ ਜਿਹੜੀਆਂ ਦੂਜੇ ਪੜਾਅ ਦੀਆਂ 26 ਅਪ੍ਰੈਲ ਨੂੰ ਹੋਣੀਆਂ ਨੇ ਉਹਦੇ ਵਿੱਚ ਨਤੀਜਾ ਕੀ ਨਿਕਲ ਕੇ ਆਉਂਦਾ ਹੈ, ਇਹ ਸਾਰਿਆਂ ਦੇ ਸਾਹਮਣੇ ਦੇਖਣ ਵਾਲੀ ਗੱਲ ਹੋਵੇ ਜੀ। ਸੋ ਦੂਜੇ ਪਾਸੇ ਢਿੱਲ ਸਾਹਿਬ ਗੱਲ ਸਮ ਕੇ ਨਿਕਲ ਕੇ ਆਈ ਹੈ ਵੀ ਕਈ ਜਿਹੜੇ ਪਰਿਵਾਰ ਨੇ ਅੱਧੇ ਉਹ ਕਾਂਗਰਸ ਦੇ ਵਿੱਚ ਨੇ ਅਤੇ ਅੱਜੇ ਉਹ ਭਾਜਪਾ ਦੇ ਵਿੱਚ ਨੇ ਜੀ। ਇਹ ਤਾਂ ਬਹੁਤ ਸਾਰੇ ਹੈਗੇ, ਇਹ ਇਕੱਲਾ ਇੱਕ ਨਹੀਂ। ਆ ਪਹਿਲਾਂ ਜਲੰਧਰ ਤੋਂ ਹੀ ਸ਼ੁਰੂ ਕਰ ਲਓ, ਬੀਬੀ ਜੀ ਚਲੇ ਗਏ ਭਾਜਪਾ 'ਚ ਜੀ, ਮੁੰਡਾ ਕਾਂਗਰਸ 'ਚ ਹੈ, ਦਿਓ ਅਸਤੀਫਾ। ਬਾਜਵਾ ਸਾਹਿਬ ਦਾ ਇੱਕ ਭਰਾ BJP 'ਚ ਹੈ, ਬੇਅੰਤ ਸਿੰਘ ਦਾ ਪਰਿਵਾਰ ਇੱਕ ਮੁੰਡਾ ਕਾਂਗਰਸ ਵੱਲੋਂ ਮੰਤਰੀ ਰਿਹਾ ਅਤੇ ਇੱਕ ਛੱਡ ਕੇ ਭਾਜਪਾ 'ਚ ਹੈ, ਸੰਦੀਪ ਜਾਖੜ ਜੀ, ਉਹਨਾਂ ਦਾ ਚਾਚਾ ਸੁਨੀਲ ਜਾਖੜ ਭਾਜਪਾ 'ਚ, ਕਿਸੇ ਵੇਲੇ ਤਾਂ ਇਕੱਠੇ ਹੀ ਹੁੰਦੇ ਸੀ। ਸੋ ਕਿੰਨਾ ਚਿਰ
ਬੀਬੀ ਪ੍ਰਨੀਤ ਕੌਰ ਨੇ ਅਸਤੀਫਾ ਨਹੀਂ ਦਿੱਤਾ ਜੀ। ਕੈਪਟਨ ਸਾਹਿਬ ਭਾਜਪਾ 'ਚ ਚਲੇ ਗਏ ਸੀ। ਸੋ ਇਸ ਤਰ੍ਹਾਂ ਇਹ ਬਹੁਤ ਸਾਰੇ ਵੱਖਰੇ ਵੱਖਰੇ ਰਾਹ ਦਿਖਾਈ ਦਿੰਦੇ ਨੇ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਪਿੱਛੇ ਜੇ ਗੱਲ ਚੱਲੀ ਸੀ ਕਿ ਮਨਪ੍ਰੀਤ ਬਾਦਲ ਘਰ ਵਾਪਸੀ ਕਰਨ ਲੱਗੇ ਨੇ, ਪਹਿਲਾਂ ਉਹਨਾਂ ਨੇ ਪੀ ਪੀ ਬਣਾਈ ਜੀ, ਫਿਰ ਉਹਨਾਂ ਨੇ ਕਾਂਗਰਸ 'ਚ ਆ ਗਏ, ਵਿੱਤ ਮੰਤਰੀ ਵੀ ਬਣ ਗਏ, ਇਹਨੂੰ ਛੱਡ ਕੇ ਭਾਜਪਾ 'ਚ ਚਲੇ ਗਏ। ਅਤੇ ਅੱਜ ਕੱਲ੍ਹ ਇਹ ਚਰਚਾ ਸੀ ਕਿ ਮਨਪ੍ਰੀਤ ਘਰ ਵਾਪਸੀ ਕਰ ਸਕਦੇ ਆ, ਪਰ ਅਜੇ ਤੱਕ ਕੀਤੀ ਨਹੀਂ। ਸੋ ਇਹ ਆਗੂ ਘਰ ਇੱਕ ਹੈ, ਝੰਡੇ ਦੋ ਦੋ ਲੱਗੇ ਹੈ। ਸੋ ਦੂਜਿਆਂ ਨੂੰ ਅਸੀਂ ਕੀ ਦੱਸਾਂਗੇ ਜਦੋਂ ਇਹ ਪਹਿਲਾਂ ਵੀ ਚੱਲਿਆ ਹੁੰਦਾ ਹੈਗਾ, ਕਈ ਵਾਰੀ ਘਰ ਦੇ ਚਾਰ ਮੈਂਬਰ ਚਾਰ ਪਾਰਟੀਆਂ 'ਚ ਹੁੰਦੇ ਹੈ ਜੀ। ਸੋ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਆਗੂਆਂ ਦਾ ਵੱਖਰੀਆਂ ਵੱਖਰੀਆਂ ਪਾਰਟੀਆਂ 'ਚ ਹੋਣਾ, ਇੱਕ ਰਿਵਾਜ਼ ਜਿਹਾ ਬਣ ਗਿਆ। ਲੋਕ ਇਹ ਕਹਿੰਦੇ ਨੇ ਕਿ ਇਹ ਸਾਡਾ ਬੇਕੂ ਬਣਾਉਂਦੇ ਨੇ ਅੰਦਰੋਂ ਇਕੱਠੇ ਨੇ ਜੀ। ਸੁਟੋਲ ਸਰ, ਜਿਵੇਂ ਕੱਲ੍ਹ ਡੱਲੇਵਾਲਾਂ ਨੇ ਸੱਦਾ ਦਿੱਤਾ ਜੀ ਵੀ ਭਾਜਪਾ, ਲੱਗਦਾ ਸੁਨੀਲ ਜਾਖੜ ਲਗਾਤਾਰ ਕਹਿ ਰਹੇ ਸੀ ਵੀ ਅਸੀਂ ਜਵਾਬ ਦੇਣ ਨੂੰ ਤਿਆਰ ਹਾਂ, ਵੀ ਕੋਲ ਜਾਣਗੇ ਅਤੇ ਕੋਈ ਮਸਲੇ ਦਾ ਹੱਲ ਕੱਢਿਆ ਜਾਵੇਗਾ ਜੀ। ਦੇਖੋ ਇਹ ਤਾਂ ਗੱਲ ਹੈ ਨਹੀਂ, ਨਾ ਤਾਂ ਮੈਂ ਸੁਨੀਲ ਜਾਖੜ ਦੇ ਕਿਸੇ ਸਟਾਫ 'ਚ ਹੈ, ਇਹ ਤਾਂ ਕੱਲ੍ਹ ਪਤਾ ਲੱਗੇਗਾ ਸੁਨੀਲ ਜਾਖੜ ਇਹ ਸੱਦਾ ਕਬੂਲ ਕਰਦੇ ਆ ਜਾਂ ਨਹੀਂ ਜੀ। ਗੱਲਾਂ ਦੋ ਨੇ, ਇਹਨਾਂ ਨੇ ਤਤਪਰ ਸੱਦਾ ਦੇਤਾ ਵੀ ਆਓ, ਜਾਂ ਤਾਂ ਇਹਨਾਂ ਦਾ ਕੋਈ ਬੰਦਾ ਜਾਂਦਾ ਜੀ, ਜਾਖੜ ਸਾਹਿਬ ਨੂੰ ਲਿਖਤੀ ਤੌਰ ਦੇ ਉੱਤੇ ਦੇ ਕੇ ਆਉਂਦਾ, ਉਹਨਾਂ ਤੋਂ ਟਾਈਮ ਲੈਂਦਾ। ਸੁਨੀਲ ਜਾਖੜ ਵੈਸੇ ਕੁੱਲ ਮਿਲਾ ਕੇ ਠਰਮੇ ਵਾਲੇ ਆਗੂ ਨੇ, ਠੰਡੇ ਮੰਨਦੇ ਨੇ ਜੀ, ਜਾ ਵੀ ਸਕਦੇ। ਮੈਨੂੰ ਹੋਰ ਲੱਗਦੀ ਹੈ ਗੱਲ ਇਹ ਕਿ ਜਰ ਗੱਲਬਾਤ ਦਾ ਸੱਦਾ ਜਿਹਾ ਦੇ ਲਓ, ਪਤਾ ਉਹਨਾਂ ਨੂੰ ਵੀ ਹੈ ਜਦੋਂ ਤੱਕ ਨਵੀਂ ਸਰਕਾਰ ਹੋਣ 'ਚ ਨਹੀਂ ਆਉਂਦੀ ਕਿਸਾਨਾਂ ਦੀ ਮੰਗ ਸੁਣਨੀ ਕੀ ਨਹੀਂ। ਸੋ ਆਮ ਲੋਕਾਂ 'ਚ ਚਰਚਾ ਹੈ ਦੋ ਚੀਜ਼ਾਂ ਦੀ, ਇੱਕ ਤਾਂ ਇਹ ਆਪੋ ਧਾਪੀ ਕੀਤੀ ਇਹਨਾਂ ਨੇ, ਦੂਜਿਆਂ ਨੂੰ ਨਾਲ ਨਹੀਂ ਲਿਆ ਜੀ। ਜਿਹੜਾ ਅਸਲ ਸੰਯੁਕਤ ਕਿਸਾਨ ਮੋਰਚਾ ਹੈ, ਜਿਹ 'ਚ ਰਾਜੇਵਾਲ ਸਾਹਿਬ ਹੈ, ਗੁਰਾਹਾਂ ਸਾਹਿਬ ਹੈ, ਬੂਟਾ ਸਿੰਘ ਜਿਹੜੇ ਬੁਰਜਗਿੱਲ ਨੇ, ਉਹ ਸਾਰੇ ਨੇ, ਮਨਜੀਤ ਸਿੰਘ ਕਾਦੀਆਂ ਸਾਹਿਬ ਨੇ, ਇਹ ਬਹੁਤ ਸਾਰੇ ਆਗੂ, ਸਤਨਾਮ ਬਹਿਰੂ ਹੋਣ, ਡਾਕਟਰ ਦਰਸ਼ਨਪਾਲ ਲੱਖੋਵਾਲ ਸਾਹਿਬ ਜੀ, ਅਤੇ ਉਹ ਸਾਰੇ ਆਗੂ ਨੇ, ਟਕੈਤ ਸਾਹਿਬ ਚੜੋਨੀ ਸਾਹਿਬ ਹਰਿਆਣੇ 'ਚੋਂ, ਪਰ ਇੱਕ ਆਪੋ ਧੋਪੀ ਵਾਲੇ ਨੇ ਇਕੱਲੇ ਨੇ। ਵੀ ਕਿਤੇ ਜੇ ਗੱਲਬਾਤ ਜੀ ਹੋ ਜਾਓ, ਕਹਿ ਦੇਣ ਵੀ ਤੁਹਾਡੀਆਂ ਮੰਗਾਂ ਅਸੀਂ ਪੂਰੀਆਂ ਕਰਾ ਦੇਵਾਂਗੇ, ਬਹਾਨੇ ਜੇ ਨਾਲ ਮੋਰਚਾ ਨਾ ਚੱਕਣ ਦੀ ਗੱਲ ਹੋਵੇ। ਹੁਣ ਕੱਲ੍ਹ ਪਤਾ ਲੱਗੇਗਾ ਇਹ ਸਵਾਲ ਕਿਹੜੇ ਕਰਦੇ ਆ, ਉਹ ਜਵਾਬ ਕਿਹੜੇ ਦਿੰਦੇ ਆ, ਉਦੋਂ ਬਾਅਦ ਨਤੀਜਾ ਕੀ ਨਿਕਲਦਾ ਜੀ। ਪਰ ਆਮ ਲੋਕਾਂ ਦੇ ਵਿੱਚ ਇਹ ਚਰਚਾ ਕਿ ਡੱਲੇਵਾਲ ਸਾਹਿਬ, ਭੰਦੇਰ ਸਾਹਿਬ, ਇਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ, ਕਿਉਂਕਿ ਸਰਕਾਰ ਤਾਂ ਅਜੇ ਬਣੀ ਨਹੀਂ। ਅਤੇ ਹੁਣ ਚੋਣ ਕਮਿਸ਼ਨ ਹੈ, ਜ਼ਿਆਦਾ ਚੋਣ ਕਮਿਸ਼ਨ ਦੇ ਦਫ਼ਤਰ ਮੂਹਰੇ ਜਾ ਕੇ ਦਿੱਲੀ ਧਰਨਾ ਦੇ ਲਓ ਜੀ, ਚੋਣ ਕਮਿਸ਼ਨ ਦਾ ਰਾਜ ਹੈ, ਅਜੇ ਦੂਜਾ ਰਾਜ ਨਹੀਂ ਹੈ, ਗਲਤ ਸਮੇਂ 'ਤੇ ਗਲਤ ਤਰੀਕੇ ਦੇ ਨਾਲ ਇਹ ਕੀਤਾ ਜਾ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ, ਢਿੱਲੋਂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਸ਼ੁਕਰੀਆ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਧੰਨਵਾਦ।